ਤੁਸੀਂ ਵੇਖ ਰਹੇ ਜੇ ਕਿ ਇਸ ਵੇਲੇ ਇੱਥੋਂ ਬੁੱਤ ਅੱਜ ਉਖਾੜੇ ਗਏ ਆ, ਉਖਾੜ ਕੇ ਮਹਿਕਮਾ ਲੈ ਕੇ ਗਿਆ ਆ, ਔਰ ਉਹਨਾਂ ਨੇ ਜਥੇਬੰਦੀਆਂ ਨੂੰ ਵੀ ਨਾਲ ਸੱਦਿਆ ਸੀ, ਔਰ ਤੁਹਾਡੇ ਸਾਹਮਣੇ ਜਥੇਬੰਦੀਆਂ ਸਾਰੀਆਂ ਵੇਖੋ ਤੁਸੀਂ ਵੇਖ ਰਹੇ ਜੇ ਕਿ ਇੱਥੇ ਸਭ ਲੋਕ ਪਹੁੰਚੇ ਔਰ ਇਹ ਬੁੱਤਾਂ ਨੂੰ ਖਾੜ ਕੇ ਲੈ ਕੇ ਗਏ ਆ। ਔਰ ਸਭ ਤੋਂ ਵੱਡੀ ਗੱਲ ਹੈ ਕਿ ਜੋ ਕੈਪਟਨ ਨੂੰ ਕਹਿੰਦੇ ਸੀਗੇ ਰਾਜਾ, ਔਰ ਰਾਜਾ ਵਾਲੇ ਕੰਮ ਕੀਤਾ ਆ, ਔਰ ਉਹਨਾਂ ਨੇ ਬਿਲਕੁਲ ਰਾਜਾ ਨੂੰ ਹੀ ਆਰਡਰ ਕੀਤਾ ਔਰ ਦੂਸਰੇ ਦਿਨ ਹੀ ਇੱਥੋਂ ਬੁੱਤ ਖਾੜਨੇ ਸ਼ੁਰੂ ਕਰ ਦਿੱਤੇ ਆ। ਔਰ ਤੁਹਾਨੂੰ ਅਸੀਂ ਜਾ ਕੇ ਜਨਤਾ ਨਾਲ ਗੱਲਬਾਤ ਕਰਦੇ ਹਾਂ ਔਰ ਤੁਹਾਨੂੰ ਮਿਲਾਉਂਦੇ ਹਾਂ ਜਨਤਾ ਦੇ ਨਾਲ। ਸੋ ਤੁਸੀਂ ਵੇਖ ਰਹੇ ਜੇ ਅਸੀਂ ਇਸ ਵੇਲੇ ਜੋ ਬੁੱਤਾਂ ਦੇ ਲਾਗੇ ਖੜ੍ਹੇ ਹਾਂ, ਮੇਰੇ ਨਾਲ ਬਲਬੀਰ ਸਿੰਘ ਜੀ ਮੁੱਛਲ ਔਰ ਨਾਲ ਸਿੰਘ ਖੜ੍ਹੇ ਨੇ, ਬੀਬੀ ਜਿਹਨਾਂ ਨੂੰ ਭੈਣ ਜੀ ਬੜੇ ਪਿਆਰ ਨਾਲ ਵੀਰੋ ਕਹਿੰਦੇ ਸਾਡੇ ਨਾਲ, ਉਹ ਵੀ ਖੜ੍ਹੇ ਨੇ ਸਾਡੇ ਨਾਲ, ਨਿਹੰਗ ਅਮਰ ਸਿੰਘ ਜੀ ਖੜ੍ਹੇ ਆ, ਭੈਣ ਜੀ ਮਨਦੀਪ ਕੌਰ ਖਾਲਸਾ ਜੀ ਖੜ੍ਹੇ ਆ, ਹੋਰ ਵੀ ਸਿੰਘ ਖੜ੍ਹੇ ਆ। ਔਰ ਸਭ ਤੋਂ ਵੱਡੀ ਦੁਨੀਆ ਦਾ ਇੱਕ ਚੀਜ਼ ਮਿਸਾਲ ਆ ਕਿ ਦੁਨੀਆ ਦੇ ਜਿੰਨੇ ਵੀ ਸੰਘਰਸ਼ ਪੜੋ, ਉਹ ਦੁਨੀਆ ਦੇ ਸੰਘਰਸ਼ ਜੋ ਦਿਲੋਂ ਹੋਏ ਆ, ਉਹ ਸੰਘਰਸ਼ ਜਿਨ੍ਹਾਂ ਪਿੱਛੇ ਕੋਈ ਪਰਮਾਤਮਾ ਦੀ ਕਿਰਪਾ ਹੁੰਦੀ ਆ, ਜਿਨ੍ਹਾਂ ਦੇ ਉਸ ਪਰਮਾਤਮਾ ਦੀ ਨਜ਼ਰ ਹੁੰਦੀ ਆ, ਇਹ ਉਹ ਸੰਘਰਸ਼ ਸੀ ਜੋ ਕਿ ਦਿਲੋਂ ਕੀਤਾ ਗਿਆ ਸੀ। ਇਹ ਸੰਘਰਸ਼ ਦੇ ਪਿੱਛੇ ਕੋਈ ਰਾਜਸੀ ਮਕਸਦ ਨਹੀਂ ਸੀ, ਸਵਾਏ ਕਿ ਇਹ ਸਾਡੀ ਇੱਕ ਧਾਰਮਿਕ ਕਦਰਾਂ ਕੀਮਤਾਂ ਦਾ ਸੰਘਰਸ਼ ਸੀ। ਸੋ ਉਹ ਸਫਲ ਹੋਇਆ ਆ, ਔਰ ਅੱਜ ਤੁਸੀਂ ਵੇਖਿਆ ਆ ਕਿ ਰਾਜਾ ਜੋ ਕਿ ਮੁੱਖ ਮੰਤਰੀ ਕਹਿੰਦੇ ਕਿ ਉਹ ਰਾਜਿਆਂ ਦੇ ਪਰਿਵਾਰ 'ਚੋਂ, ਉਹਨੇ ਰਾਜਿਆਂ ਵਾਲੀ ਕਰ ਵਿਖਾਈ ਆ, ਔਰ ਉਹਨਾਂ ਨੇ ਇਹ ਬੁੱਤ ਉੱਥੋਂ ਅੱਜ ਹੀ ਪੁੱਟਣੇ ਸ਼ੁਰੂ ਕਰ ਦਿੱਤੇ ਆ, ਦੋ ਬੁੱਤ ਪੁੱਟ ਕੇ ਲੈ ਗਏ ਆ, ਸਾਡੇ ਨਾਲ ਸਿੰਘ ਖੜ੍ਹੇ ਉਹਨਾਂ ਨਾਲ ਗੱਲਬਾਤ ਕਰਦੇ ਆ। ਹਾਂਜੀ ਸਿੰਘ ਜੀ, ਬੁੱਤ ਦੋ ਪੁੱਟ ਕੇ ਲੈ ਗਏ ਤੁਹਾਨੂੰ ਸੱਦਾ ਮਿਲਿਆ ਜਾਂ ਵੈਸੇ ਪਤਾ ਲੱਗ ਗਿਆ? ਨਹੀਂ, ਵੈਸੇ ਪਤਾ ਲੱਗ ਗਿਆ ਜੀ, ਅਸੀਂ ਕੋਰਟ ਵਿੱਚ ਆਏ ਸਨ ਬੱਚਿਆਂ ਦੇ ਮਗਰ ਪੈਰਵਾਈ ਕਰਨ ਵਾਸਤੇ, ਵਕੀਲ ਦੇ ਨਾਲ ਗੱਲਬਾਤ ਕਰਨ ਜੀ। 1 ਤਰੀਕ ਨੂੰ ਬੱਚੇ ਬਾਹਰ ਆ ਜਾਣੇ ਆ, ਜ਼ਮਾਨਤੀ ਜੋ ਚਾਹੀਦੇ ਸਨ ਉਹਨਾਂ ਬਾਰੇ ਪੁੱਛਣ ਆਏ ਸੀ ਜੀ। ਜਦੋਂ ਇੱਥੇ ਆਏ ਹਾਂ ਤਾਂ ਜੋ ਗੁਰੂ ਰਾਮਦਾਸ ਜੀ ਪਾਤਸ਼ਾਹ ਦੇ ਘਰ ਦੇ ਵਿੱਚ ਅਰਦਾਸ ਬੇਨਤੀ ਕਰਕੇ ਇੱਥੇ ਆਏ ਸਾਂ ਜੀ, ਸਤਿਗੁਰਾਂ ਨੇ ਕਿਰਪਾ ਕੀਤੀ ਆ, ਜਿਸਕਾ ਕਾਰਜ ਤਿੰਨ ਹੀ ਕਿਹਾ, ਮਾਨਸ ਕਿਹਾ, ਵਿਚਾਰਾ ਰਾਮ ਮਹਾਰਾਜ ਨਾਲ ਆਪਣੇ ਕਾਰਜ ਆਪ ਕਿਰਪਾ ਕਰਕੇ ਇੱਥੇ ਬੈਠੇ। ਇੱਥੋਂ ਆਵਾਜ਼ ਸਾਡੀ ਸ਼੍ਰੀ ਅਕਾਲ ਤਖਤ ਸਾਹਿਬ ਗਈ, ਸ਼੍ਰੀ ਅਕਾਲ ਤਖਤ ਸਾਹਿਬ ਦੀ ਆਵਾਜ਼ ਜਦੋਂ 3 ਮੈਂਬਰੀ ਕਮੇਟੀ ਤੱਕ ਗਈ, 3 ਮੈਂਬਰੀ ਕਮੇਟੀ ਨੇ ਉਸੇ ਵੇਲੇ ਹਰਕਤ ਵਿੱਚ ਆ ਕੇ ਅਤੇ CM ਸਾਹਿਬ ਨੂੰ ਚਿੱਠੀਆਂ ਜਾਂ ਉਹਨਾਂ ਨਾਲ ਬੈਠਕ ਬਿਠਾਈ ਗਈ, ਜੋ 28 ਤਰੀਕ ਦੀ ਸ਼ਾਮ ਨੂੰ ਫੈਸਲਾ ਸੁਣਾ ਦਿੱਤਾ ਗਿਆ। ਲੋਕਾਂ ਦੇ ਮੁਖੜਿਆਂ ਦੇ ਖੁਸ਼ੀ ਆ ਗਈ, ਜੰਕਾਰੇ ਲੱਗਣੇ ਸ਼ੁਰੂ ਹੋ ਗਏ, ਸਾਰਾ ਇਹ ਸ਼ਹਿਰ ਵਿੱਚ ਗੂੰਜਾਂ ਪੈਣੀਆਂ ਸ਼ੁਰੂ ਹੋ ਗਈਆਂ। ਜਦੋਂ ਗੂੰਜਾਂ ਪੈਣੀਆਂ ਸ਼ੁਰੂ ਹੋ ਗਈਆਂ, ਉਹਨੇ ਚਿਰ ਪੱਤਰਕਾਰਾਂ ਦੀਆਂ ਟੀਮਾਂ ਵੀ ਇੱਥੇ ਪਹੁੰਚ ਗਈਆਂ ਕਿ ਸਰਕਾਰ ਨੇ ਜੋ CM ਸਾਹਿਬ ਨੇ ਆਰਡਰ ਕਰ ਦਿੱਤੇ ਨੇ ਕਿ ਇਹ ਜਿਹੜੇ ਬੁੱਤ ਲੱਗੇ ਨੇ ਇੱਥੋਂ ਢਾ ਕਰਕੇ ਹੋਰ ਜਗ੍ਹਾ 'ਤੇ ਲਿਜਾਏ ਜਾਣਗੇ ਅਤੇ ਨਾਲ ਹੀ 307 ਦਾ ਪਰਚਾ ਜਿਹੜਾ ਉਹ ਰੱਦ ਕੀਤਾ ਜਾਵੇਗਾ। ਜਦੋਂ ਇਹ ਗੱਲਾਂ ਲੋਕਾਂ ਤੱਕ, ਮੀਡੀਆ ਤੱਕ ਪਹੁੰਚੀਆਂ, ਮੀਡੀਆ ਉਸੇ ਵੇਲੇ ਇੱਥੇ ਰਾਤ ਦੇ ਸਮੇਂ ਪਹੁੰਚ ਗਿਆ। ਅਸੀਂ ਮੀਡੀਆ ਦਾ ਵੀ, ਪ੍ਰਸ਼ਾਸਨ ਦਾ ਵੀ ਅਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਦਾ ਧੰਨਵਾਦ ਅਤੇ 3 ਮੈਂਬਰੀ ਕਮੇਟੀ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਆਹ ਜਿਹੜਾ ਪਹਿਲਾ ਮੋਰਚਾ ਜਿਹੜਾ ਜਲਦੀ ਹੀ ਕਰਕੇ ਦਿਖਾ ਦਿੱਤਾ ਹੈ ਅਤੇ ਨਾਲ ਇਹ ਸਤਿਕਾਰ ਕਮੇਟੀਆਂ ਦੇ ਹੋਰ ਜਥੇਬੰਦੀਆਂ ਜਿਹੜੀਆਂ ਇੱਥੇ ਪਹੁੰਚੀਆਂ ਸਨ ਉਹਨਾਂ ਨੂੰ ਹੀ ਸਿਹਰਾ ਗਿਆ ਹੈ। ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਅਸੀਂ ਸਤਿਗੁਰਾਂ ਦਾ ਕੋਟਨ ਕੋਟ ਧੰਨਵਾਦ ਕਰਦੇ ਹਾਂ ਅਤੇ ਕਰਦੇ ਰਹਾਂਗੇ। ਅਗਲੇ ਮੋਰਚੇ ਵੀ ਜਾਰੀ ਰਹਿਣਗੇ, ਹੋਰ ਵੀ ਬੜੇ ਮੋਰਚੇ ਨੇ ਸਤਿਗੁਰਾਂ ਦੇ ਸਤਿਕਾਰ ਵਾਸਤੇ। ਇੱਕ ਇਹ ਸਫਲਤਾ ਸਾਨੂੰ ਇਹ ਬਖਸ਼ੀ, ਇੱਥੇ ਅਰਦਾਸ ਕਰਕੇ ਬੈਠੇ ਸੀ, ਸਾਨੂੰ ਕੋਈ ਮਾਇਆ ਨਾਲ ਮੁੱਖ ਨਹੀਂ ਅਸੀਂ ਰੱਖ ਕੇ ਬੈਠੇ। ਇੱਕ ਮੋਰਚਾ ਸਾਡਾ ਸੀ ਕਿ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਲਾਗੇ ਪ੍ਰਾਈਵੇਟ ਪ੍ਰੈਸ ਧੰਨ ਗੁਰੂ ਗ੍ਰੰਥ ਸਾਹਿਬ ਦੀਆਂ ਛਪਾਈਆਂ ਕਰ ਰਹੀ ਹੈ ਅੰਮ੍ਰਿਤਸਰ ਦੇ ਵਿੱਚ, ਉਹ ਪੂਰਨ ਤੌਰ 'ਤੇ ਉਹਨਾਂ ਦੇ ਪਾਬੰਦੀ ਲੱਗੇ, ਉਹ ਵੀ ਸਤਿਗੁਰੂ ਨੇ ਕਿਰਪਾ ਕਰਕੇ ਸਰਕਾਰਾਂ ਦੇ ਕੋਲੋਂ ਆਰਡਰ ਹੋ ਗਏ ਸਨ ਕਿ ਪ੍ਰਾਈਵੇਟ ਪ੍ਰੈਸਾਂ ਉਹ ਵੀ ਬੰਦ ਹੋ ਗਈਆਂ। ਫਿਰ ਇੱਕ ਮੋਰਚਾ ਸਤਿਗੁਰੂ ਨੇ ਬੜਾ ਵੱਡਾ ਉਹ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਲਵਾਇਆ ਸੀ, ਉੱਥੇ ਵੀ ਸਤਿਗੁਰੂ ਨੇ ਸਾਨੂੰ ਸਫਲਤਾ ਹੀ ਬਖਸ਼ੀ ਸੀ ਸ਼ਹੀਦ ਸਿੰਘਾਂ ਨੇ, ਕਿਉਂਕਿ ਛੋਟੇ ਸਾਹਿਬਜ਼ਾਦਿਆਂ ਦੇ ਪੋਹ ਦੇ ਦਿਨਾਂ ਦੇ ਵਿੱਚ ਉਸ ਸਿਆਸੀ ਕਾਨਫਰੰਸ ਜਿੱਥੇ ਅਕਾਲੀਆਂ ਦੀ ਹੁੰਦੀ ਸੀ ਅਤੇ ਉਹਦੇ ਅੱਗੇ ਧਰਨਾ ਲਾ ਕੇ ਬੈਠ ਗਏ ਸੀ ਅਤੇ ਸਾਰੀਆਂ ਸਰਕਾਰਾਂ ਝੁੱਕ ਕੇ ਇਹ ਗੱਲ ਕਹਿ ਦਿੱਤੀ, ਆਰਡਰ ਕਰ ਦਿੱਤੇ ਕਿ ਅਸੀਂ ਇਸ
ਸ਼ਹੀਦੀ ਜੋੜ ਮੇਲੇ ਦੇ ਵਿੱਚ ਸਿਆਸੀ ਕਾਨਫਰੰਸ ਨਹੀਂ ਕਰਾਂਗੇ, ਨਹੀਂ ਕੀਤੀਆਂ ਉਹਨਾਂ ਨੇ। ਅੱਜ ਸਤਿਗੁਰਾਂ ਨੇ ਆਹ ਬੜੀ ਵੱਡੀ ਸਫਲਤਾ ਬਖਸ਼ੀ ਹੈ। ਸਾਨੂੰ ਲੋਕਾਂ ਨੇ ਕਹਿ ਦੇਣਾ ਸੀ ਕਿ ਇਹਨਾਂ ਨੇ ਕੇਵਲ ਅੰਦਰ ਖਾਤੇ ਗੱਲ ਕਰਕੇ ਅਤੇ ਉੱਤੇ ਤਰਪਾਲਾਂ ਪਾਉਣ ਦੀ ਗੱਲ ਕੀਤੀ ਹੈ ਅਤੇ ਇਨਚਾਰ ਬਹੁਤੇ ਉੱਥੇ ਰਹਿ ਜਾਣੇ ਨੇ। 307 ਦੀ ਗੱਲ ਕਰਦੇ ਸਨ, ਉਹ ਵੀ ਜਿਹੜਾ ਪਰਚਾ ਖਾਰਜ ਕਰਨ ਵਾਸਤੇ ਪ੍ਰਸ਼ਾਸਨ ਨੇ ਕਹਿਤਾ ਕਿ 307 ਹਟਾਈ ਗਈ ਹੈ, ਬੱਚੇ 1 ਤਰੀਕ ਨੂੰ ਬਾਹਰ ਆ ਜਾਣਗੇ ਅਤੇ 1 ਤਰੀਕ ਤੋਂ ਬਾਅਦ ਮੁੜ ਕੇ ਪ੍ਰਸ਼ਾਸਨ ਨੇ ਪਰਚਾ ਵੀ ਜਿਹੜਾ ਕੈਂਸਲ ਕਰ ਦੇਣਗੇ। ਜੇ ਪਰਚਾ ਕੈਂਸਲ ਕਰਾਉਣ ਵਾਸਤੇ ਪਹਿਲਾਂ ਗੱਲ ਕਰਦੇ ਹਾਂ ਤਾਂ ਮਹੀਨਾ ਬੱਚਿਆਂ ਨੂੰ ਅੰਦਰ ਲੱਗ ਸਕਦਾ ਸੀ। ਹੁਣ ਜੇਕਰ ਪ੍ਰਸ਼ਾਸਨ ਕਿਸੇ ਗੱਲ ਤੋਂ ਭੱਜਦੀ ਹੈ ਤਾਂ ਅਸੀਂ ਤੰਬੂ ਆਪਣੇ ਖਰੀਦ ਲਏ ਆ, ਅਸੀਂ ਇਹੋ ਤੰਬੂ ਜਿਹੜੇ ਇੱਥੇ ਉੱਚ ਅਧਿਕਾਰੀ ਆ ਉਹਨਾਂ ਦੇ ਦਰਵਾਜ਼ਿਆਂ ਦੇ ਗਾੜੀ, ਉਹਨਾਂ ਦੇ ਦਫ਼ਤਰਾਂ ਦੇ ਗਾੜੀ ਰੱਖ ਕੇ ਅਤੇ ਧਰਨਾ ਜਾਰੀ ਕਰਾਂਗੇ। ਪਰ ਸਾਨੂੰ ਗੁਰੂ ਰਾਮਦਾਸ ਜੀ ਪਾਤਸ਼ਾਹ ਦੇ ਘਰ ਕੀਤੀ ਅਰਦਾਸ 'ਤੇ ਭਰੋਸਾ ਹੈ ਕਿ ਜਿਹੜੀ ਅਰਦਾਸ ਕਰਕੇ ਇੱਥੇ ਬੈਠੇ ਸਾਂ ਉਹ ਸਾਨੂੰ ਸਤਿਗੁਰੂ ਨੇ ਸਫਲਤਾ ਬਖਸ਼ੀ ਹੈ। ਅਸੀਂ ਸਤਿਗੁਰੂਆਂ ਦਾ ਕੋਟਨ ਕੋਟ ਧੰਨਵਾਦ ਅਤੇ ਸਾਰੀਆਂ ਸਿੱਖ ਜਥੇਬੰਦੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਥੇ ਰਾਤ ਦਿਨ ਆਣ ਕੇ ਹਰ ਇੱਕ ਸੇਵਾ ਦੇ ਵਿੱਚ ਯੋਗਦਾਨ ਪਾਇਆ। ਮੈਂ ਹੈਰਾਨ ਹੋ ਗਿਆ ਕਿ ਬੈਠੇ ਸੀ, ਐਵੇਂ ਨਹੀਂ ਕਿਸੇ ਮਹਾਂਪੁਰਸ਼ ਨੇ ਕਿਹਾ ਕਿ ਸਿੱਖਾਂ ਤੂੰ ਰੜੇ ਮੈਦਾਨ ਵਿੱਚ ਵੀ ਬੈਠ ਕੇ ਗੁਰੂ ਨਾਨਕ ਦੇ ਘਰ ਦੀ ਵਡਿਆਈ ਕਰਨ ਲੱਗ ਪਾ, ਉੱਥੇ ਵੀ ਚੱਲ ਕੇ ਪਦਾਰਥ ਆ ਜਾਂਦੇ। ਸੁਣਿਆ ਸੀ ਪਰ ਅੱਖੀ ਇਹ ਵੇਖ ਲਿਆ ਇੱਥੇ ਚੱਲ ਕੇ ਪਦਾਰਥ। ਆ ਮੇਰੀ ਭੈਣ ਵੀਰੋ ਨੇ ਦੁੱਧ ਨਹੀਂ ਮੁੱਕਣ ਦਿੱਤਾ, ਆ ਮੇਰੀ ਭੈਣ ਮਨਜੀਤ ਕੌਰ ਨੇ ਬਿਸਤਰੇ ਅਤੇ ਪ੍ਰਸ਼ਾਦਿਆਂ ਦੇ ਲੰਗਰ ਲਾ ਦਿੱਤੇ, ਹੈਰਾਨ ਹੋ ਗਏ। ਇੱਕ ਬਾਬਾ ਅਮਰ ਸਿੰਘ ਜੀ ਨਿਹੰਗ ਸਿੰਘ ਹੈ, ਉਹਨੇ ਪਾਣੀ ਦੀਆਂ ਛਪੀਲਾਂ ਲਾ ਦਿੱਤੀਆਂ, ਕਿਸੇ ਨੇ ਚਾਹ ਦੇ ਲੰਗਰ ਲਾ ਦਿੱਤੇ। ਆਵਾਜ਼ੇ ਕੌਮ ਵਾਲੇ ਸਵੇਰੇ ਅਜੇ ਉੱਠੀਦਾ ਸੀ ਅਤੇ ਵਾਜੇ ਕੌਮ ਦੇ ਪੱਤਰਕਾਰ ਵੀਰ ਸਾਡੇ ਵਾਸਤੇ ਸੰਗਤ ਵਾਸਤੇ ਬ੍ਰੈਡ ਦੇ ਨਾਲ ਚਾਹ ਲਿਆ ਕੇ ਇਹਨਾਂ ਦਾ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਟਾਂ ਪਿੱਟੀਆਂ ਗਾਰੇ ਨੇ ਧਾ ਮਾਰੀ, ਇੱਟਾਂ ਪਿੱਟੀਆਂ ਗਾਰੇ ਨੇ ਧਾ ਮਾਰੀ, ਜਦ ਜ਼ੁਲਮ ਦੀ ਨੀਂਹ ਤਿਆਰ ਹੋਈ, ਅੱਜ ਰੱਬ ਦੇ ਮੂੰਹੋਂ ਵੀ ਨਿਕਲਿਆ ਏ, ਅੱਜ ਰੱਬ ਦੇ ਮੂੰਹੋਂ ਵੀ ਨਿਕਲਿਆ ਏ, ਸਬਰ ਹੱਥੋਂ ਜ਼ਬਰ ਦੀ ਹਾਰ ਹੋਈ, ਸਬਰ ਹੱਥੋਂ ਜ਼ਬਰ ਦੀ ਹਾਰ ਹੋਈ। ਸੋ ਬਲਬੀਰ ਸਿੰਘ ਮੁਸ਼ਲ ਦਾ ਕਹਿਣਾ ਆ ਕਿ ਇਹ ਜੋ ਲੜਾਈ ਸੀ ਵੇਖਣ ਨੂੰ ਤਾਂ ਲੱਗਦੀ ਸੀ ਆਮ ਸਮਾਜਿਕ ਆ, ਪਰ ਇਹ ਕੁਦਰਤ ਦੀ ਲੜਾਈ ਸੀ, ਕੁਦਰਤ ਦੇ ਨਾਲ ਸੀ। ਜੋ ਵੀ ਕੁਦਰਤ ਦੇ ਨਿਯਮਾਂ ਨੂੰ ਗਲਤ ਕਰਨ ਦੀ ਕੋਸ਼ਿਸ਼ ਕਰਦਾ, ਜੋ ਕੁਦਰਤ ਨਾਲ ਟੱਕਰ ਲਾਉਣ ਦੀ ਕੋਸ਼ਿਸ਼ ਕਰਦਾ ਆ, ਅਤੇ ਕੁਦਰਤ ਉੱਥੇ ਆਪ ਹੋ ਕੇ ਬੌੜਦੀ ਆ, ਇਹ ਇੱਕ ਮਨੁੱਖੀ ਲੜਾਈ ਨਹੀਂ ਸੀ। ਬਲਬੀਰ ਸਿੰਘ ਮੁਸ਼ਲ ਦਾ ਕਹਿਣਾ ਆ ਇੱਥੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਦੀ ਕਿਰਪਾ ਸੀ, ਉਹਨਾਂ ਦੀ ਕਿਰਪਾ ਆਪ ਹੋਈ ਆ, ਸਭ ਕੁਝ ਵਰਤਾਰਾ ਉਹਨਾਂ ਦਾ ਹੀ ਚੱਲ ਰਿਹਾ ਆ, ਆਦਮੀ ਦਾ ਹੀ ਲਵ ਸੀ। ਉਹਨਾਂ ਨੇ ਕਿਹਾ ਜੋ ਸਾਡਾ ਬਹਿਣਾ ਆ ਅਸੀਂ ਸ਼ਾਂਤੀਪੂਰਵਕ ਤਰੀਕੇ ਨਾਲ ਬੈਠੇ ਹਾਂ, ਬਿਲਕੁਲ ਉਸੇ ਤਰ੍ਹਾਂ ਸਿੰਘ ਬੈਠੇ ਜਿਸ ਤਰ੍ਹਾਂ ਅੱਜ ਤੱਕ ਕੁਛ ਸਾਲ ਪਹਿਲਾਂ ਗੁਰੂ ਕੇ ਬਾਗ ਦਾ ਮੋਰਚਾ ਸੀ, ਸਵੇਰ ਤੋਂ ਆਉਂਦੇ ਸੀ ਸਿੰਘ, ਸ਼ਾਮਾਂ ਤੱਕ ਡਾਂਗਾ ਖਾਂਦੇ ਸੀ, ਪਰ ਕਦੀ ਬੋਲਦੇ ਕੁਛ ਨਹੀਂ ਸੀ। ਉਹਨਾਂ ਨੇ ਬਿਲਕੁਲ ਇਹੀ ਸਬੂਤ ਦਿੱਤਾ ਆ ਕਿ ਜੇ 8 ਦਿਨ ਮੋਰਚਾ ਲੱਗਾ ਤਾਂ ਬਿਲਕੁਲ ਸ਼ਾਂਤੀਪੂਰਵਕ ਮੋਰਚਾ ਲੱਗਾ ਆ, ਭਾਵੇਂ ਇੱਥੇ ਕਿੰਨਾ ਜ਼ਬਰ ਵੀ ਹੁੰਦਾ ਅਤੇ ਸ਼ਾਂਤੀਪੂਰਵਕ ਹੀ ਉਹਨਾਂ ਡਟੇ ਰਹਿਣਾ ਸੀ। ਮੈਂ ਹਰਿੰਦਰ ਵੇਰਕਾ ਦੇ ਨਾਲ ਵਜ਼ੀਰ ਮੂਦਲ, ਆਵਾਜ਼ ਏ ਕੌਮ ਟੀਵੀ, ਬੁੱਤ ਮੋਰਚਾ ਅੰਮ੍ਰਿਤਸਰ।